ਆਵਾਦੀ ਪਾਰਟੀ ਦੇ ਅੰਮ੍ਰਿਤਸਰ ਨਾਰਥ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਵੱਡੇ ਖਲਾਸੇ ਕੀਤੇ ਨੇ ਉਹਨਾਂ ਨੇ ਖਲਾਸੇ ਕੀਤੇ ਨੇ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਵਾਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਿਹੜੇ ਜੇਲ੍ਹ ਦੇ ਵਿੱਚ ਭੇਜੇਗੇ ਨੇ ਉਹ ਸਬੂਤ ਦੇਣ ਵਾਲੇ ਅੱਜਕੱਲ ਲੰਡਨ ਦੇ ਵਿੱਚ ਘੁੰਮ ਰਹੇ ਨੇ ਇਸ਼ਾਰਾ ਕਿਸ ਵੱਲ ਕੀਤਾ ਹੈਗਾ ਪੰਜਾਬ ਦੀ ਨਹੀਂ ਦੇਸ਼ ਦੀ ਜਨਤਾ ਪੜੀ ਪਾੜ ਜਾਣਦੀ ਆ ਅਸਲ ਵਿੱਚ ਆਵਾਦੀ ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਇਕ ਕੁੰਮਰ ਵਿਦੇ ਪ੍ਰਤਾਪ ਸਿੰਘ ਆਵਾਦੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੋਟਾਂ ਪਾਉਣ ਵਾਸਤੇ ਰੱਖੀ ਗਈ ਇੱਕ ਰੈਲੀ ਦੇ ਦੌਰਾਨ ਸੰਬੋਧਨ ਕਰਿਆ ਸੀ ਆਪਣੇ ਨੇ 45 ਮਿੰਟ ਦੇ ਭਾਸ਼ਣ ਦੇ ਵਿੱਚ ਵੱਡੇ ਖਲਾਸੇ ਕੀਤੇ ਨੇ ਜਿੱਥੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੇ ਜੇਲ੍ਹ ਦੇ ਵਿੱਚ ਗਏ ਨੇ ਉਹਦੇ ਪਿੱਛੇ ਉਹ ਲੋਕ ਨੇ ਜਿਹੜੇ ਅੱਜਕੱਲ੍ਹ ਲੰਡਨ ਦੇ ਵਿੱਚ ਘੁੰਮ ਰਹੇ ਨੇ ਤੇ ਦੂਜਾ ਉਹਨਾਂ ਇਹ ਵੀ ਕਿਹਾ ਕਿ ਅਗਰ ਮੇਰੇ ਤੇ ਅਰਵਿੰਦ ਕੇਜਰੀਵਾਲ ਭਰੋਸਾ ਕਰਦੇ ਤਾਂ ਮੈਂ ਉਹਨਾਂ ਦੇ ਨਾਲ ਹੁੰਦਾ ਤਾਂ ਨਾ ਇਡੀ ਤੇ ਨਾ सीबीआई ਦੀ ਹਿੰਮਤ ਪੈਣੀ ਸੀ ਉਹ ਅਰਵਿੰਦ ਕੇਜਰੀਵਾਲ ਨੂੰ ਸ਼ੂ ਵੀ ਨਹੀਂ ਸਕਦੇ ਸਨ ਉਹਨਾਂ ਇਹ ਵੀ ਇਲਜ਼ਾਮ ਲਗਾਏ ਕਿ ਸਰਕਾਰ ਨੇ ਮੇਰਾ ਵਰਸ ਨੰਬਰ ਨੰਬਰ ਜਿਹੜਾ ਵਾ ਉਹ ਬਲੌਕ ਕਰ ਦਿੱਤਾ ਵੱਡੇ ਦੋਸ਼ ਵੱਡੇ ਖਲਾਸੇ ਆਮ ਆਦੀ ਪਾਰਟੀ ਦੇ ਅੰਮ੍ਰਿਤਸਰ ਨਾਰਥ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਕੁਮਰ ਵਿਜੇ ਪ੍ਰਤਾਪ ਜਿਹੜੇ 1998 ਬੈਚ ਦੇ ਆਈਪੀਐਸ ਅਫੀਸਰ ਅਧਿਕਾਰੀ ਸਰ ਆਪਣੀ ਨੌਕਰੀ ਤਿਆਗ ਦਿੰਦੇ ਨੇ ਫਿਰ ਆਮ ਆਦੀ ਪਾਰਟੀ ਤੇ ਸ਼ਾਮਲ ਹੋ ਜਾਂਦੇ ਨੇ ਭਰਾਮਾ ਦੀ ਪਾਰਟੀ ਵੱਲੋਂ 222 ਦੇ ਵਿੱਚ ਚੋਣਾਂ ਲੜਦੇ ਨੇ ਤੇ ਵਿਧਾਇਕ ਬਣ ਜਾਂਦੇ ਨੇ ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਮਕਸਦ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੋਈ ਆ ਬਾਈਬਲ ਕਲਾਂ ਤੇ ਕੋਟਪੂਰਾ ਗੋਲੀ ਕਾਣ ਨੂੰ ਲੈ ਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਇਨਸਾਫ ਮਿਲਣਾ ਚਾਹੀਦਾ ਉਹ ਲਗਾਤਾਰ ਇਨਸਾਫ ਦੀ ਆਸ ਵਿੱਚ ਸਰਕਾਰੀ ਦਰਬਾਰੇ ਜਿਹੜੇ ਨੇ ਮਸਲੇ ਠਾਉਂਦੇ ਰਹਿੰਦੇ ਨੇ ਪਰ ਅੱਜਕੱਲ ਸਰਕਾਰ ਨੂੰ ਲੈ ਕੇ ਉਹ ਕਾਫੀ ਪਰੇਸ਼ਾਨ ਵੀ ਨੇ ਇਥੋਂ ਤੱਕ ਉਹਨਾਂ ਨੇ ਦੋਸ਼ ਲਗਾ ਦਿੱਤੇ ਨੇ ਕਿ ਮੇਰਾ ਫੋਨ ਟੈਪ ਕੀਤਾ ਜਾ ਰਿਹਾ ਮੇਰੀ ਮੁੱਖ ਮੰਤਰੀ ਦੇ ਨਾਲ ਗੱਲ ਹੀ ਹੁੰਦੀ ਮੈਂ ਬੜੀ ਵਾਰ ਕੋਸ਼ਿਸ਼ ਕੀਤੀ ਪਰ ਅੱਜ ਵੀ ਮੇਰਾ ਫੋਨ ਜਿਹੜਾ WhatsApp ਨੰਬਰ ਹੈ ਉਹ ਬਲੌਕ ਕੀਤਾ ਆ ਰੈਲੀ ਦੇ ਦੌਰਾਨ ਜਦੋਂ ਸੰਬੋਧਨ ਕਰ ਰਿਹਾ ਸੀ ਉਹਨਾਂ ਨੇ ਕੁਲਦੀਪ ਸਿੰਘ ਢਾਲੀਵਾਲ ਨੂੰ ਕਿਹਾ ਸੀ ਕਿ ਮੇਰਾ ਜਿਹੜਾ WhatsApp ਨੰਬਰ ਬਲੌਕ ਕੀਤਾ ਗਿਆ ਸਰਕਾਰ ਬੋਲੋ ਉਹ ਮੁਰ ਤੋਂ ਖਲਵਾਇਆ ਜਾਵੇ 45 ਮਿੰਟ ਦੀ ਸਪੀਚ ਦੇ ਵਿੱਚ ਲਗਭਗ ਕੀ ਕੁਝ ਜ਼ਿਕਰ ਕੀਤਾ ਸਭ ਤੋਂ ਪਹਿਲਾਂ ਜਿਹੜਾ ਵੱਡਾ ਖਲਾਸਾ ਉਹਨਾਂ ਨੇ ਕੀਤਾਗਾ ਕਿ ਰਵਿੰਦ ਕੇਜਰੀਵਾਲ ਨੂੰ ਜਿਹੜਾ ਭਾਰਤ ਸਰਕਾਰ ਵੱਲੋਂ ਜੇਲ੍ਹ ਦੇ ਵਿੱਚ ਭੇਜਿਆ ਗਿਆ ਉਹ ਲੋਕ ਨੇ ਜਿਹੜੇ ਪਹਿਲਾਂ ਉਹਨਾਂ ਦੇ ਆਲੇ-ਦੁਆਲੇ ਘੁੰਮਦੇ ਸੀ ਤੇ ਅੱਜ ਕੱਲ ਉਹ ਸਬੂਤ ਦੇ ਕੇ ਲੰਡਨ ਦੇ ਵਿੱਚ ਘੁੰਮ ਰਹੇ ਨੇ ਜਿਹੜੇ ਸਬੂਤ ਦਿੱਤੇ ਨੇ ਲਾਜ਼ਮੀ ਤੌਰ ਤੇ ਕਿਉਂਕਿ ਈਡੀ ਕਾਰਵਾਈ ਕਰ ਰਹੀ ਹੈ ਸੈਂਟਰ ਸਰਕਾਰ ਕਾਰਵਾਈ ਕਰ ਰਹੀ ਹੈ ਤੇ ਲੰਡਨ ਚ ਘੁੰਮਣ ਵਾਲੇ ਕੌਣ ਨੇ ਇਹਨਾਂ ਦਿਨਾਂ ਦੇ ਵਿੱਚ ਇਹ ਵੱਡੇ ਖਲਾਸੇ ਕੀਤੇ ਆਗੇ ਨੇ ਉਹਨਾਂ ਨੇ ਕਿਹਾ ਕਿ ਇਜੇਹੀ ਅਸਲ ਦੇ ਵਿੱਚ ਜਿਹੜੇ ਸਲਾਹ ਕਰਨੇ ਉਹ ਮਰਵਾ ਦਦੇ ਮੈਂ ਤੇ ਉਸ ਸਮੇਂ ਜਦੋਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ ਉਹਨਾਂ ਨੂੰ ਵੀ ਕਿਹਾ ਸੀ ਕਿ ਜਿਹੜੇ ਤੁਹਾਡੇ ਆਲੇ-ਦੁਆਲੇ ਲੋਕ ਘੁੰਮਦੇ ਨੇ ਉਹਨਾਂ ਤੋਂ ਬਚ ਜਾਓ ਲੇਕਿਨ ਉਹਨਾਂ ਨੇ ਮੇਰੀ ਨਹੀਂ ਸੁਣੀ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਸਿਆਸਤ ਦੇ ਵਿੱਚ ਜੋ ਕੁਝ ਹਸ਼ਰ ਹੋਇਆ ਉਹ ਸਾਰਿਆਂ ਦੇ ਸਾਹਮਣੇ ਨੇ ਤੇ ਕੇਜਰੀਵਾਲ ਨੂੰ ਵੀ ਉਹਨਾਂ ਦੇ ਨਾਲ ਜਿਹੜੇ ਸਲਾਹ ਕਰਨੇ ਉਮਰਵਾਗੇ ਨੇ ਉਹ ਸਲਾਹ ਕਰ ਜਿਹੜੇ ਐਵੀਡੈਂਸ ਪ੍ਰੋਵਾਈਡ ਕਰਨ ਤੋਂ ਬਾਅਦ ਲੰਡਨ ਦੇ ਵਿੱਚ ਘੁੰਮ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਗਰ ਅਰਵਿੰਦ ਕੇਜਰੀਵਾਲ ਮੈਨੂੰ ਆਪਣੇ ਨਾਲ ਰੱਖਤੇ ਮੇਰੇ ਤੇ ਭਰੋਸਾ ਕਰਦੇ ਹਗੇ ਤਾਂ ਲਾਜ਼ਮੀ ਤੌਰ ਤੇ ਨਾ ਹੀ ਸੀਬੀਆਈ ਨਾ ਹੀ ਈਡੀ ਉਹਨਾਂ ਨੂੰ ਛੂਹ ਸਕਦੀ ਸੀ ਉਹਨਾਂ ਨੂੰ ਬਾਲ ਵਿੰਗਾ ਨਹੀਂ ਹੋਣ ਦੇਣਾ ਸੀ ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਜਿਹੜੇ ਬੁਰੇ ਐਲੀਮੈਂਟ ਨੇ ਬੈਡ ਐਲੀਮੈਂਟ ਨੇ ਉਹਨਾਂ ਨੇ ਹੀ ਅਰਵਿੰਦ ਕੇਜਰੀਵਾਲ ਦਾ ਸਿਆਸੀ ਤੌਰ ਤੇ ਨੁਕਸਾਨ ਕੀਤਾ ਹੈਗਾ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਕੁਲਦੀਪ ਸਿੰਘ ਧਾਲੀਵਾਲ ਦੀ ਕੈਂਪੇਨ ਸ਼ੁਰੂ ਕੀਤੀ ਮੇਰੇ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਕਿ ਸ਼ਾਇਦ ਇੱਕ ਅਫਵਾਹਾਂ ਫਲਾਈਆਂ ਗਏ ਨੇ ਕਿ ਹੁਣ ਜਿਹੜਾ ਉਹਨਾਂ ਨੂੰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਚ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈਗਾ ਇਸ ਕਰਕੇ ਇਹ ਕੋਈ ਸਮਝੌਤਾ ਹੈ ਕੋਈ ਡੀਲ ਹੋਈ ਪਰ ਜਿਵੇਂ ਵੀ ਜਪਤਾਪ ਨੇ ਕਿਹਾ ਕਿ ਮਿਰਤੇ ਜਕੀਨ ਕਰੋ ਮਿਰਤੇ ਭਰੋਸਾ ਕਰੋ ਕਿ ਸਾਡੀ 2.5 ਸਾਲ ਦੀ ਸਰਕਾਰ ਰਹਿ ਗਿਆ ਪਰ ਮੈਂ ਵਾਦਾ ਕਰਦਾ ਕਿ ਮੈਂ ਇਸ ਸਰਕਾਰ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਜਿਹੜਾ ਉਹ ਮੰਤਰੀ ਨਹੀਂ ਬਣਾਂਗਾ ਇਹ ਉਹਨਾਂ ਨੇ ਖਲਾਸਾ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਕਿ ਜਿਹੜੇ ਸਪੋਰਟਰ ਨੇ ਅਜਿਹੀਆਂ ਜਿਹੜੀਆਂ ਗੱਲਾਂ ਨੇ ਉਹ ਮੇਰੇ ਤੱਕ ਪਹੁੰਚੀਆਂ ਆਈਆਂ ਲੇਕਿਨ ਮੈਂ ਜਿਹੜੀ ਸਥਿਤੀ ਆ ਉਹ ਸਪਸ਼ਟ ਕਰ ਦਿੱਤੀ ਆ ਕਿ ਜਿੰਨੇ ਸਮਾ ਸਾਡੀ ਸਰਕਾਰ ਦਾ ਬੱਚਾ ਮੇ ਸਰਕਾਰ ਦਾ ਇਸਾ ਨਹੀਂ ਬਣਾਂਗਾ ਬਤੌਰ ਮੰਤਰੀ ਇਤੋਂ ਤੱਕ ਉਹ ਵੀ ਕਹੇ ਕਿ ਵਿਧਾਨ ਸਭਾ ਚੋਣਾਂ ਦੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਜਿਹੜੇ ਨੇ ਉਹਨਾਂ ਦੀ ਮੈਂ ਜਜ਼ਬਾਤਾਂ ਦੀ ਉਹਨਾਂ ਦੀ ਭਾਵਨਾਵਾਂ ਦੀ ਕਦਰ ਕੀਤੀ ਹਾਲਾਂਕਿ ਮੈਂ ਜਦੋਂ ਨੌਕਰੀ ਛੱਡੀ ਸੀ ਤੇ ਮੈਂ ਸੋਚ ਲਿਆ ਸੀ ਕਿ ਮੈਂ ਪੋਲਿਟਿਕਸ ਜੁਆਇਨ ਨਹੀਂ ਕਰਾਂਗਾ ਲੇਕਿਨ ਜਿਹੜੇ ਅਰਵਿੰਦ ਕੇਜਰੀਵਾਲ ਦੇ ਭਾਵਨਾਵਾਂ ਜਿਹੜੀਆਂ ਮੇਰੇ ਪ੍ਰਤੀ ਸਨ ਉਹਨਾਂ ਦੇ ਜਜ਼ਬਾਤ ਜਿਹੜੇ ਮੇਰੇ ਪ੍ਰਤੀ ਸੀ ਮੈਂ ਫਿਰ ਪੋਲਿਟਿਕਸ ਵਿਚ ਜਾਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਔਰ ਮੈਂ ਫਿਰ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਉਸ ਤੋਂ ਬਾਅਦ ਮੈਂ ਖੁਦ ਵੀ ਚੋਣ ਲੜਿਆ ਔਰ ਪੰਜਾਬ ਦੇ ਵਿੱਚ ਕਰੀਬ ਪੰਜਾਬ ਸਿਮਿਤ ਜਿੱਥੇ ਵੀ ਮੈਨੂੰ ਪਾਰਟੀ ਨੇ ਕਿਹਾ 70 ਥਾਵਾਂ ਤੇ ਮੈਂ ਰੈਲੀਆਂ ਕੀਤੀਆਂ ਨੇ ਉਹ ਨਤੀਜੇ ਅਕੇ ਸਾਡੀ ਸਰਕਾਰ ਬਣੀ ਕਵਰਵਿਜ ਪ੍ਰਤਾਪ ਹੁਣ ਇਹ ਵੀ ਜ਼ਿਕਰ ਕੀਤਾ ਕਿ ਜਿੱਥੇ ਵੀ ਰੈਲੀ ਹੁੰਦੀ ਸੀ ਤੇ ਸਭ ਤੋਂ ਪਹਿਲਾਂ ਮੈਂ ਸੰਬੋਧਨ ਕਰਦਾ ਹਰਵਿੰਦ ਕੇਜਰੀਵਾਲ ਨੂੰ ਮੈਂ ਸਕੋਡ ਕਰਦਾ ਸੀ ਔਰ ਇਥੋਂ ਤੱਕ ਕਿ ਹਰਵਿੰਦ ਕੇਜਰੀਵਾਲ ਹਰ ਰੈਲੀ ਦੇ ਵਿੱਚੇ ਮੇਰੀ ਬਹਾਦਰੀ ਦੀਆਂ ਮੇਰੀ ਇਮਾਨਦਾਰੀ ਦੀਆਂ ਗੱਲਾਂ ਕਰਦੇ ਸੀ ਕਿਉਂਕਿ ਮੈਂ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦਾ ਸੀ ਔਰ ਉਸ ਤੋਂ ਇਲਾਵਾ ਅਸੀਂ ਇਕੱਠੇ ਕੈਂਪੇਨ ਕਰਦੇ ਰਹੇ ਪਰ ਜਦੋਂ ਰਿਜ਼ਲਟ ਆਇਆ ਤੇ ਮੈਨੂੰ ਰਾਸਤੇ ਵਿੱਚ ਹੀ ਕਹਿ ਦਿੱਤਾ ਗਿਆ ਕਿ ਤੁਸੀਂ ਹੁਣ ਰਵਿੰਦ ਕੇਜਰੀਵਾਲ ਦੇ ਨਾਲ ਨਹੀਂ ਰਹੋਗੇ ਹਾਲਾਂਕਿ ਉਹਨਾਂ ਕਹਿੰਿਆ ਕਿ ਮੈਨੂੰ ਉਹ ਬਹੁਤ ਵੱਡਾ ਝਟਕਾ ਲੱਗਾ ਕਿ ਤੁਸੀਂ ਹੁਣ ਉਹਨਾਂ ਨੂੰ ਰੀਸੀਵ ਅੰਮ੍ਰਿਤਸਰ 에어ਪੋਰਟ ਤੇ ਨਹੀਂ ਕਰੋਗੇ ਇੱਥੋਂ ਤੱਕ ਕਿ ਅ ਸ਼੍ਰੀ ਦਰਬਾਰ ਸਾਹਿਬ ਗੋਲਡਨ ਟੈਂਪਲ ਉਸ ਤੋਂ ਬਾਅਦ ਦਰਗਾਣਾ ਮੰਦਿਰ ਵੀ ਮੱਥਾ ਟੇਕਣ ਵਾਸਤੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਜਾਣਾ ਸੀ ਤੇ ਮੈਨੂੰ ਰੋਕ ਦਿੱਤਾ ਗਿਆ ਜਦ ਕਿ ਪਹਿਲਾਂ ਜਦੋਂ ਵੀ ਅਰਵਿੰਦ ਕੇਜਰੀਵਾਲ ਆਉਂਦੇ ਸੀ ਤੇ ਮੈਂ ਉਹਨਾਂ ਦੇ ਨਾਲ ਹੁੰਦਾ ਸੀ ਪਰ ਮੈਨੂੰ ਕਿਉਂ ਰੋਕਿਆ ਗਿਆ ਇਹ ਸਾਰਿਆਂ ਨੂੰ ਪਤਾ ਹਾਲਾਂਕਿ ਮੇਰੀ ਮਿਹਨਤ ਦੇ ਨਾਲ ਜਿੱਥੇ ਮੇਰੀ ਜਿੱਤ ਨਸੀਬਾ ਹੀ ਉਥੇ ਪਾਰਟੀ ਨੂੰ ਮੇਰਾ ਵੱਡਾ ਫਾਇਦਾ ਹੋਇਆ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਰੈਲੀ ਦੇ ਵਿੱਚ ਰਵਿੰਦ ਕੇਜਰੀਵਾਲ ਨੇ ਮੇਰੀ ਬਹਾਦਰੀ ਦੀ ਮੇਰੀ ਇਮਾਨਦਾਰੀ ਦੀ ਤਾਰੀਫ ਕੀਤੀ ਸੀ ਮੈਂ ਉਹਨਾਂ ਦੇ ਨਾਲ ਨਾਲ ਰਿਹਾ ਲੇਕਿਨ ਬਾਅਦ ਦੇ ਵਿੱਚ ਮੈਨੂੰ ਪਾਸੇ ਕਰ ਦਿੱਤਾ ਗਿਆ ਉਹ ਪਾਸੇ ਕਰਨ ਵਾਲੇ ਜਿਹੜੇ ਲੋਕ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਇੱਥੋਂ ਤੱਕ ਕਹਿ ਦਿੱਤਾ ਗਿਆ ਪਾਰਟੀ ਦੇ ਵਰਕਰਾਂ ਜਾਂ ਲੀਡਰਾਂ ਵੱਲੋਂ ਕਿ ਤੁਸੀਂ ਹੁਣ ਰਵਿੰਦ ਕੇਧਰੀਵਾਲ ਨੂੰ ਨਾ ਹੀ ਰিসিਵ ਕਰੋਗੇ ਤੇ ਨਾ ਹੀ ਉਹਨਾਂ ਦੇ ਨਾਲ ਜਾਓਗੇ ਕਿਤੇ ਕੁਮਰ ਵਿਜੇ ਪ੍ਰਤਾਪ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਵੀ ਕਿਹਾ ਕਿ ਮੈਨੂੰ ਨਿੱਜੀ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਲ ਦੇ ਨਾਲ ਕੋਈ ਵੀ ਸ਼ਿਕਵੇ ਜਾਂ ਸ਼ਿਕਾਇਤ ਨਹੀਂ ਹੈ ਨਾ ਗਿਲਾਵਾ ਕੋਈ ਨਾ ਸ਼ਿਕਾਇਤ ਪਰ ਮੈਨੂੰ ਇੱਕ ਗੱਲ ਦਾ ਜ਼ਰੂਰ ਖੇਦ ਹੈ ਕਿ ਸ਼੍ਰੀ ਗੁਰਗਨ ਸਾਹਿਬ ਜੀ ਦੀ ਬੇਦਬੀ ਕੋਟਕਪੂਰਾ ਤੇ ਬਹਿਬਲ ਗੋਲੀकांड ਦੇ ਵਿੱਚ ਹਜੇ ਤੱਕ ਜਿਹੜਾ ਵਾ ਸਰਕਾਰ ਨੇ ਪ੍ਰੋਮਿਸ ਕੀਤਾ ਸੀ ਵਾਦਾ ਕੀਤਾ ਸੀ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਤੇ ਨਾ ਹੀ ਇਨਸਾਫ ਮਿਲਿਆ ਹਾਲਾਂਕਿ 24 ਘੰਟੇ ਦੇ ਵਿੱਚ ਵਿੱਚ ਰਵਿੰਦ ਕੇਜਰੀਵਾਲ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਇਨਸਾਫ ਦੇਵਾਂਗੇ ਅਸੀਂ ਸਜ਼ਾ ਦੇਵਾਂਗੇ ਪਰ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇੱਕ ਵਾਰਾਂ ਵੀ ਗੱਲ ਨਹੀਂ ਕੀਤੀ ਹਾਲਾਂਕਿ ਮੈਂ ਬੜੀ ਵਾਰ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਉਹਨਾਂ ਦਾ ਧਿਆਨ ਦਵਾਇਆ ਜਾਵੇ ਲੇਕਿਨ ਉਹਨਾਂ ਦੇ ਨਾਲ ਮੇਰੀ ਇੱਕ ਵੀ ਮੀਟਿੰਗ ਫਿਕਸ ਨਹੀਂ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਇਸ ਮਸਲੇ ਦੇ ਵਿੱਚ ਜਿਹੜੇ ਇਸ ਕੇਸ ਦੀ ਪੈਰਵਾਈ ਕਰ ਰਹੇ ਸੀ ਵਕੀਲ ਅਤੇ ਹੋਰ ਅਧਿਕਾਰੀਆਂ ਨੂੰ ਬੜੀ ਵਾਰ ਮੈਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਮੇਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਕਰਵਾਈ ਜਾਵੇ ਲੇਕਿਨ ਉਹਨਾਂ ਦੇ ਨਾਲ ਮੀਟਿੰਗ ਨਹੀਂ ਹੋਈ ਵਾਰ-ਵਾਰ ਮੈਂ ਰਿਮਾਈਂਡਰ ਉਹਨਾਂ ਨੂੰ ਚੇਤੇ ਕਰਵਾਉਂਦਾ ਰਿਹਾ ਪਰ ਕੋਈ ਵੀ ਇਸ ਮਸਲੇ ਦੇ ਵਿੱਚ ਮੇਰੇ ਜਿਹੜੇ ਨੇ ਪੱਲੇ ਕੁਛ ਨਹੀਂ ਪਿਆ ਮੈਂ ਕਈ ਵਾਰ ਖੁਦ ਟਰਾਈ ਕੀਤੀ ਕੋਈ ਜਵਾਬ ਨਹੀਂ ਆਇਆ ਤੇ ਨਾ ਹੀ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਨਾਲ ਸਟਾਫ ਉਹਨਾਂ ਵੱਲੋਂ ਹੀ ਮੇਰੀ ਕੀਤੀ ਹੋਈ ਜਿਹੜੇ ਕਾਲਸ ਨੇ ਕੋਈ ਜਵਾਬ ਨਹੀਂ ਆਇਆ ਉਹਨੇ ਵੀ ਕਿਹਾ ਕਿ ਇਸ ਮਸਲੇ ਦੇ ਵਿੱਚ ਜਦੋਂ ਮੈਂ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਆਗੀ ਤਾਂ ਉਹਨਾਂ ਨੇ ਕਹਿ ਦਿੱਤਾ ਮੈਸੇਜ ਮੇਰੇ ਤੱਕ ਪਹੁੰਚਾ ਦਿੱਤਾਗਾ ਕਿ ਇਸ ਮਸਲੇ ਦੇ ਵਿੱਚ ਜਿਹੜਾ ਜਸਟਿਸ ਆ ਉਹ ਡਿਲੀਵਰ ਹੋ ਚੁੱਕਾ ਤੇ ਇਸ ਕਰਕੇ ਹੁਣ ਇਸ ਮਸਲੇ ਤੇ ਗੱਲ ਕਰਨੀ ਮناسب ਨਹੀਂ ਆ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਕੋਸ਼ਿਸ਼ ਕੀਤੀ ਆ ਗਿਆ ਤੇ ਫਿਰ ਮੈਨੂੰ ਕਿਸੇ ਵੀ ਪਾਸਿਓਂ ਕੋਈ ਜਵਾਬ ਨਹੀਂ ਆਇਆ ਉਰੇ ਵੀ ਜ਼ਿਕਰ ਕੀਤਾ ਜਿਕਰ ਦੇ ਵਿੱਚ ਦੋਸ਼ ਵੀ ਲਗਾਏ ਕਿ ਜਦੋਂ ਜਿਹੜੇ ਦੋਸ਼ੀ ਨੇ ਦੋਸ਼ੀਆਂ ਨੇ ਮੇਰੇ ਖਿਲਾਫ ਹੀ ਕੇਸ ਕਰ ਦਿੱਤਾ ਹੈਗਾ ਮੈਂ ਫਿਰ ਖੁਦ ਕੇਸ ਲੜਿਆ ਹੈਗਾ ਹਾਲਾਂਕਿ ਵੀ ਬਾਰ-ਬਾਰ ਸਰਕਾਰ ਤੱਕ ਸਰਕਾਰ ਦੇ ਵਕੀਲਾਂ ਤੱਕ ਕੋਸ਼ਿਸ਼ ਕਰਦ ਰਿਹਾ ਕੁਮਰ ਵਿਜੇ ਪ੍ਰਤਾਪ ਨੇ ਵੀ ਦੋਸ਼ ਲਗਾਏ ਕਿ ਮੁੱਖ ਮੰਤਰੀ ਪੰਜਾਬ ਬੇਵਫਸ ਹੋ ਸਕਦੇ ਨੇ ਰਾਗਵ ਚੱਡਾ ਬੇਵਸ ਹੋ ਸਕਦੇ ਨੇ ਦਿੱਲੀ ਦੇ ਮੁੱਖ ਮੰਤਰੀ ਬੇਵਸ ਹੋ ਸਕਦੇ ਲੇਕਿਨ ਬਤੌਰ ਕੁਮਰ ਵਿਜੇ ਪ੍ਰਤਾਪ ਨਿੱਜੀ ਤੌਰ ਤੇ ਮੈਂ ਬੇਵਸ ਨਹੀਂ ਆ ਮੈਂ ਮਰਦੇ ਦਮ ਤੱਕ ਆਖਰੀ ਸਾਹ ਤੱਕ ਇਹ ਕਿਸ ਲੜਦਾ ਰਹਾਂਗਾ ਔਰ ਇਨਸਾਫ ਵਾਣ ਵਾਸਤੇ ਆਖਰੀ ਦਮ ਤੱਕ ਸਰਕਾਰੀ ਦਰਬਾਰੇ ਕਾਨੂੰਨੀ ਤੌਰ ਤੇ ਵੀ ਇਹ ਲੜਾਈ ਲੜਦਾ ਰਹਾਂਗਾ ਉਹਨਾਂ ਇਹ ਵੀ ਕਿਹਾ ਕਿ ਮੈਨੂੰ ਉਦੋਂ ਬਹੁਤ ਜ਼ਿਆਦਾ ਦੁੱਖ ਹੋਇਆ ਉਹ ਜਿਹੜੇ ਵਕੀਲ ਨੇ ਜਿਹੜੇ ਦੋਸ਼ੀਆਂ ਵੱਲੋਂ ਕੇਸ ਭੁਗਤੇ ਦੇ ਨੇ ਉਹ ਸਰਕਾਰੀ ਵਕੀਲ ਬਣ ਗਏ ਉਹਨਾਂ ਨੂੰ ਸਰਕਾਰ ਦੇ ਵਿੱਚ ਅਡਜਸਟ ਕੀਤਾ ਗਿਆ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗੀਆਂ ਉਦੋਂ ਮੈਨੂੰ ਜ਼ਰੂਰ ਦੋ ਖੋਆ ਕੇ ਆਖਰ ਸਰਕਾਰ ਨੇ ਕੀ ਕੀਤਾਗਾ ਸਾਡੀ ਸਰਕਾਰ ਉਹਨਾਂ ਲੋਕਾਂ ਨੂੰ ਸਰਕਾਰੀ ਵਕੀਲ ਬਣਾਗੀ ਜਿਹੜੇ ਦੋਸ਼ੀਆਂ ਵਾਸਤੇ ਕੇਸ ਲੜਦੇ ਰਹੇ ਉਹਨੇ ਕਿਹਾ ਮੇਰੇ ਵਾਸਤੇ ਬਹੁਤ ਸਦਮੇ ਵਾਲੀ ਗੱਲ ਸੀ ਕਿ ਮੈਂ 70 ਤੋਂ ਜ਼ਿਆਦਾ ਪਬਲਿਕ ਰੈਲੀਆਂ ਪਾਰਟੀ ਦੀਆਂ ਰੈਲੀਆਂ ਨੂੰ ਸੰਬੋਧਨ ਕੀਤਾ ਰਿਜ਼ਲਟ ਸਾਡੇ ਹੱਕ ਵਿੱਚ ਆਏ ਆਪਣੇ ਭਾਸ਼ਣ ਦੇ ਵਿੱਚ ਇਹ ਵੀ ਦੋਸ਼ ਲਗਾਉਂਦੇ ਹੋਏ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਬਾਬਲ ਕਲਾਂ ਗੋਲੀਕਾਂਡ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਦੇ ਵਕੀਲ ਸਰਕਾਰ ਦੇ ਵਿੱਚ ਐਡਜਸਟ ਹੋ ਗਏ ਤੇ ਲਾਜ਼ਮੀ ਤੌਰ ਤੇ ਮੇਰੇ ਵਾਸਤੇ ਇੱਕ ਵੱਡਾ ਸਦਮਾ ਸੀ ਉਹਨਾਂ ਇਹ ਵੀ ਕਿਹਾ ਕਿ ਮੇਰੇ ਫੋਨ ਲਗਾਤਾਰ ਟੈਪ ਹੋ ਰਹੇ ਇਸ ਮਸਲੇ ਦੇ ਵਿੱਚ ਮੈਂ ਰਾਗਵ ਚੱਡਾ ਦੇ ਨਾਲ ਗੱਲਬਾਤ ਕੀਤੀ ਕਿ ਆਖਿਰ ਮੇਰੇ ਫੋਨ ਕਿਉਂ ਟੈਪ ਹੋ ਰਹੇ ਨੇ ਉਹਨਾਂ ਕਿਹਾ ਕਿ ਕਿਸ ਕੈਟਾਗਰੀ ਦੇ ਵਿੱਚ ਡਰੱਗ ਸਮਗਲਰਾਂ ਦੇ ਗੈਂਗਸਟਰਾਂ ਦੇ ਅਤਵਾਦੀਆਂ ਦੇ ਭ੍ਰਿਸ਼ਟਾਚਾਰੀ ਲੋਕਾਂ ਦੇ ਫੋਨ ਤਾਂ ਟੈਪ ਹੋ ਸਕਦੇ ਪਰ ਮੈਨੂੰ ਕਿਸ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਕਿਉਂਕਿ ਮੇਰੇ ਫੋਨ ਵੀ ਟੈਪ ਹੋ ਰਹੇ ਜੋ ਅੱਜ ਵੀ ਟੈਪ ਹੋ ਰਹੇ ਨੇ ਤੇ ਜਦ ਮੈਂ ਰਗਵ ਚੱਡਾ ਦੇ ਨਾਲ ਇਸ ਮਸਲੇ ਦੇ ਵਿੱਚ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰ ਲਓ ਹੁਣ ਇਹ ਵੀ ਕਿਹਾ ਕਿ ਮੈਨੂੰ ਕਿਤੇ ਵੀ ਇਸ ਮਸਲੇ ਦੇ ਵਿੱਚ ਹਾਲੇ ਨਹੀਂ ਮਿਲਿਆ ਜਵਾਬ ਨਹੀਂ ਮਿਲਿਆ ਉਹਨੇ ਕਿਹਾ ਕਿ ਜਿਸ ਦਿਨ ਹੋਲੀ ਸੀ ਉਸ ਦਿਨ ਤੋਂ ਹੀ ਮੇਰਾ ਫੋਨ ਜਿਹੜਾ WhatsApp ਨੰਬਰ ਆ ਬਲੌਕ ਹੋ ਗਿਆ ਇਸ ਮਸਲੇ ਦੇ ਵਿੱਚ ਮੈਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਣਾ ਨੂੰ ਵੀ ਰਿਕਵੈਸਟ ਕੀਤੀ ਹੈਗੀ ਕਿ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ ਲੇਕਿਨ ਅੱਜ ਵੀ ਮੇਰਾ ਫੋਨ ਜਿਹੜਾ WhatsApp ਨੰਬਰ ਆ ਉਹ ਬਲੌਕ ਹੈ ਪਿਛਲੇ ਕਈ ਦਿਨਾਂ ਤੋਂ ਕੁਮਰ ਵਿਜੇ ਪ੍ਰਤਾਪ ਹੋਣਾ ਦੇ ਜਿਹੜੇ ਬਿਆਨ ਨੇ ਉਹ ਕਾਫੀ ਸੁਰਖੀਆਂ ਦੇ ਕਾਰਨ ਬਣੇ ਹੋਏ ਨੇ ਉਧਰ ਵਿਰੋਧੀਆਂ ਨੂੰ ਵੀ ਲਗਾਤਾਰ ਮੁੱਦਾ ਮਿਲ ਗਿਆ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਪ੍ਰਚਾਰ ਕਰੇ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਕੁਲਦੀਪ ਸਿੰਘ ਢਾਲੀਵਾਲ ਹੋਣਾ ਨੂੰ ਵੀ ਜਤੌਨ ਦੀ ਲੋਕਾਂ ਨੂੰ ਅਪੀਲ ਕੀਤੀ ਹੈ ਲੇਕਿਨ ਨਾਲ ਦੇ ਨਾਲ ਜਿਹੜਾ ਉਹਨਾਂ ਦਾ ਰੋਸਾ ਉਹ ਵੀ ਉਹਨਾਂ ਨੇ ਜੰਗ ਜ਼ाहिर ਕੀਤਾ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਹੋਣੀ ਜਿਹੜੇ ਇੱਕ ਪੁਲਿਸ ਅਫਸਰ 1998 ਬੈਚ ਦੇ ਆਈਪੀਐਸ ਅਧਿਕਾਰੀ ਸਨ ਆਈਜੀ ਰੈਂਕ ਦੀ ਨੌਕਰੀ ਉਦੋਂ ਛੱਡੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੇਦ ਵੀ ਕਾਂਡ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਮਹਿਸੂਸ ਹੋਇਆ ਕਿ ਸਰਕਾਰ ਪਿੱਛੇ ਭੱਜ ਰਹੀ ਹੈ ਤਾਂ ਉਹਨਾਂ ਨੇ ਫਿਰ ਜਿਹੜੀ ਆ ਵੀਆਰਐਸ ਲੈ ਲਿਆ ਔਰ ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਕੁਮਰ ਵਿਜੇ ਪ੍ਰਤਾਪ ਹੁਣ ਇਹ ਵੀ ਕਹਿੰਦੇ ਕਿ ਜਦ ਰਿਜ਼ਲਟ ਆ ਗਏ ਤਾਂ ਫਿਰ ਇੱਕ ਦਿਨ ਰਾਗਵ ਚੱਡਾ ਨੇ ਮੈਨੂੰ ਇਹ ਮੀਣਾ ਮਾਰਿਆ ਕਿ ਤੁਸੀਂ ਮੇਰੇ ਕਰਕੇ ਹੀ ਐਮਐਲਏ ਬਣਿਓ ਉਹਨਾਂ ਇਹ ਵੀ ਕਿਹਾ ਕਿ ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਜੇ ਤੁਹਾਡੇ ਕਰਕੇ ਮੈਂ ਐਮਐਲਏ ਬਣਿਆ ਤੇ ਫਿਰ ਅੰਮ੍ਰਿਤਸਰ ਦੇ ਉਹਨਾਂ ਲੋਕਾਂ ਦਾ ਕੀ ਰੋਲ ਰਿਹਾ ਜਿਨ੍ਹਾਂ ਨੇ ਮੈਨੂੰ ਜਿਤਾ ਕੇ ਭੇਜਿਆ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦਾ ਜਿਹੜਾ ਮੇਰੇ ਨਾਲ ਨਾਤਾ ਵਾ ਉਹ ਬਹੁਤ ਗੂੜਾ ਜਦ ਮੈਂ ਸਰਵਸ ਜੁਆਇਨ ਕੀਤੀ ਤਾਂ ਸਭ ਤੋਂ ਪਹਿਲਾਂ ਮੇਰੀ ਅੰਮ੍ਰਿਤਸਰ ਦੇ ਵਿੱਚ ਪੋਸਟਿੰਗ ਹੋਈ ਆ ਤੇ ਅੰਮ੍ਰਿਤਸਰ ਮੇਰਾ ਪਰਿਵਾਰ ਆ ਤੇ ਮੇਰੇ ਪਰਿਵਾਰ ਨੇ ਹੀ ਮੈਨੂੰ ਜਿਤਾ ਕੇ ਵਿਧਾਨ ਸਭਾ ਭੇਜਿਆ ਅਸਲ ਦੇ ਵਿੱਚ 9 April 2021 ਨੂੰ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਲੋਂ ਸਰਕਾਰ ਦੀ ਰਿਪੋਰਟ ਜਿਹੜੀ ਆ ਕੁਐਸ਼ ਕਰ ਦਿੱਤੀ ਸੀ ਉਸ ਮਸਲੇ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨੂੰ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੋਰਟ ਦੇ ਵਿੱਚ ਜਿਹੜੀ ਰਿਪੋਰਟ ਆ ਉਹਨੂੰ ਸਹੀ ਤਰ੍ਹਾਂ ਡਿਫੈਂਡ ਨਹੀਂ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਵੀ ਆਰਐਸ ਲਾਲੀ ਕੁਮਰ ਵਿਜੇ ਪ੍ਰਤਾਪ ਨੂੰ ਹੁਣਾ ਵੱਲੋਂ ਨੌਕਰੀ ਛੱਡਣ ਦੇ ਫੈਸਲੇ ਦੇ ਨਾਲ ਸਰਕਾਰ ਵਾਸਤੇ ਇੱਕ ਟਰਨਿੰਗ ਪੁਆਇੰਟ ਦੀ ਸਰਕਾਰ ਦਾ ਸਿਆਸੀ ਤੌਰ ਤੇ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਹੁਣਾ ਦਾ ਜਾਸੀ ਤੋਂ ਹਰਤੇ ਕਾਫੀ ਨੁਕਸਾਨ ਹੋਇਆ ਸੀ ਕਿਉਂਕਿ ਇੱਕ ਇਸ਼ੂ ਇਹੋ ਜਿਹਾ ਸੀ ਨਾਜੁਕ ਇਸ਼ੂ ਜਿਹੜਾ 2015 ਦੇ ਵਿੱਚ ਹੋਇਆ ਉਸ ਤੋਂ ਬਾਅਦ ਤੀਜੀ ਸਰਕਾਰ ਅਗੇ ਲੇਕਨ ਇਨਸਾਫ ਨਹੀਂ ਮਿਲਿਆ ਤੇ ਗੁਰੂ ਸਾਹਿਬ ਦੀ ਬੇਦਬੀ ਬੈਬਲ ਕਲਾਂ ਗੋਲੀकांड ਕੋਟਕਪੂਰਾ ਗੋਲੀकांड ਨੂੰ ਲੈ ਕੇ ਜਿੱਥੇ ਲੋਕ ਅਕਾਲੀਆਂ ਨੂੰ ਸਵਾਲ ਕਰਦੇ ਰਹੇ ਜਦ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਫਿਰ ਉਹਨਾਂ ਨੂੰ ਘੇਰਦੇ ਰਹੇ ਲੇਕਿਨ ਜਿਸ ਦਿਨ ਪੰਜਾਬ ਅਤੇ ਹਰਿਆਣਾ ਦੀ ਕੋਰਟ ਵੱਲੋਂ 9 April 2021 ਨੂੰ ਰਿਪੋਰਟ ਜਿਹੜੀ ਐਕਵਾਸ਼ ਕੀਤੀ ਗਈ ਆ ਉਹ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵਿੱਚ ਉਰਪੋਰਟ ਬੈਗੇ ਸੀ ਦੋਸਤੋ ਬਾਅਦ ਇੱਕ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਮਿਲ ਕੇ ਆਈਜੀ ਰੈਂਕ ਦੀ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਸੀ ਦੋਸਤੋ ਬਾਅਦ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹੁਣ ਆਮ ਆਦੀ ਪਾਰਟੀ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਜੋ ਭੂਮਿਕਾ ਜਾਂ ਜੋ ਸਵਾਲ ਖੜੇ ਕੀਤੇ ਜਾ ਰਹੇ ਨੇ ਜਾਂ ਸਰਕਾਰ ਕਿ ਤਾਰੇ ਵਿੱਚ ਚਾ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਉਹ ਸਾਰਿਆਂ ਦੇ ਸਾਹਮਣੇ ਲਿਖਣਾ ਜਿਹੜੇ ਹੁਣ ਇਲਜ਼ਾਮ ਵੱਡੇ ਲਗਾਏ ਨੇ ਕੁਮਰਵਿਜੇ ਪ੍ਰਤਾਪ ਉਹਨਾਂ ਨੇ ਕਿ ਅਰਵਿੰਦ ਕੇਜਰੀਵਾਲ ਜੇ ਜੇਲ੍ਹ ਦੇ ਵਿੱਚ ਗਿਆ ਇਸਲਾਕਾ ਦੇ ਪਿੱਛੇ ਨੇ ਉਹ ਲੋਕ ਨੇ ਜਿਹੜੇ ਪਹਿਲਾਂ ਉਹਨਾਂ ਦੇ ਦਿਵਾਲੇ ਘੁੰਮਦੇ ਸੀ ਤੇ ਹੁਣ ਜਿਹੜੇ ਨੇ ਐਵੀਡੈਂਸ ਦੇਣ ਤੋਂ ਬਾਅਦ ਉਹ ਲੰਡਨ ਦੇ ਵਿੱਚ ਘੁੰਮ ਰਹੇ ਨੇ ਉਹਨਾਂ ਨੇ ਇਹ ਵੀ ਯੂਰ ਨਾਲ ਗੱਲ 28 ਹੈ ਕਿ ਅਗਰ ਅਰਵਿੰਦ ਕੇਜਰੀਵਾਲ ਮੈਨੂੰ ਆਪਣੇ ਨਾਲ ਰੱਖਦੇ ਤਾਂ ਤੇ ਲਾਜ਼ਮੀ ਤੌਰ ਤੇ ਨਾ ਸੀਬੀਆਈ ਨਾ ਈਡੀ ਦੀ ਹਿੰਮਤ ਪੈਂਦੀ ਕੀ ਅਰਵਿੰਦ ਕੇਜਰੀ ਵੱਲੋਂ ਕੋਈ ਹੱਥ ਵੀ ਲਗਾ ਦਿੰਦਾ ਦੇਖਦੇ ਆ ਕਿ ਇਸ ਮਸਲੇ ਦੇ ਵਿੱਚ ਉਹ ਲੰਡਨ ਵਿੱਚ ਘੁੰਮਣ ਵਾਲੇ ਕੌਣ ਲੋਕ ਨੇ ਜਾਂ ਕੀ ਆਮ ਆਦੀ ਪਾਰਟੀ ਜਾਂ ਫਿਰ ਪੰਜਾਬ ਸਰਕਾਰ ਜਿਹੜੇ ਕੁਮਰ ਵੀਜੇ ਪ੍ਰਤਾਪ ਸਿੰਘ ਹੋਣਾ ਨੇ 45 40 ਮਿੰਟ ਦੇ ਭਾਸ਼ਣ ਦਰਾਂ ਇਹ ਗੱਲਾਂ ਆਖੀਆਂ ਨੇ ਕੀ ਇਹਨਾਂ ਗੱਲਾਂ ਦਾ ਸਰਕਾਰ ਜਾਂ ਆਮ ਆਦੀ ਪਾਰਟੀ ਕੋਲ ਜਾਂ ਜਿਹੜੇ ਲੰਡਨ ਦੇ ਵਿੱਚ ਘੁੰਮ ਰਹੇ ਲੋਕ ਉਹ ਕਿਹੜੇ ਨੇ ਉਹਨਾਂ ਕੋ ਕੋਈ ਜਵਾਬ ਹੈ ਪਰ ਸਿਆਸਤ ਜ਼ਰੂਰ ਗਰਮਾ ਗਈ ਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਅਸੀਂ ਤੁਹਾਨੂੰ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ